ਸੱਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਵੇਗੀ ਇਹ ਕਹਾਣੀ ਚੰਨੀ ਚਹਿਲ ਜੀ ਵੱਲੋਂ ਲਿਖੀ ਗਈ ਹੈ ਆ ਕੀ ਇਹ ਫਰਸ਼ ਤੇ ਖੰਡ ਕਿਨੀ ਡੋਲੀ ਹੈ ਖਰੀਦਣੀ ਹੋਵੇ ਤਾਂ ਪਤਾ ਲੱਗੇ 50 ਰੁਪਏ ਕਿਲੋ ਹੈ ਗੁਰਪਾਲ ਔਖਾ ਜਿਹਾ ਹੋਇਆ ਤੇ ਬੋਲਿਆ ਉਹਦੀ ਪਤਨੀ ਚਰਨਜੀਤ ਕੌਰ ਬਿਨਾ ਕੁਝ ਕਹੇ ਡੁੱਲੀ ਹੋਈ ਖੰਡ ਨੂੰ ਸਾਫ਼ ਕਰਨ ਲੱਗੀ ਹੁਣ ਪਾਣੀ ਦਾ ਘੁੱਟ ਤਾਂ ਗਾਲ ਦਿੰਦੀ ਗੁਰਪਾਲ ਹੋਰ ਖਿਜ ਕੇ ਬੋਲਿਆ ਉਹਦੀ ਪਤਨੀ ਸਫਾਈ ਛੱਡ ਪਾਣੀ ਲੈਣ ਚਲੀ ਗਈ ਪਾਣੀ ਦੇ ਕੇ ਮੁੜ ਫਿਰ ਡੁੱਲੀ ਖੰਡ ਨੂੰ ਸਾਫ਼ ਕਰਨ ਲੱਗੀ ਪਾਣੀ ਪਿੰਦਾ ਪਿੰਦਾ ਗੁਰਪਾਲ ਆਪਣੀ ਪਤਨੀ ਵੱਲ ਨਿੱਝ ਲਾ ਕੇ ਦੇਖਣ ਲੱਗਿਆ ਜਿਵੇਂ ਜੋ ਪਹਿਲੀ ਵਾਰ ਦੇਖ ਰਿਆ ਹੋਵੇ ਉਹ ਸੋਚਣ ਲੱਗਿਆ ਕਿ ਐਨੀ ਬੁਰੀ ਵੀ ਨਹੀਂ ਚਰਨਜੀਤ ਠੀਕ ਹੈ ਸ਼ਕਲੋਂ ਤਾਂ ਪਰ ਮੈਨੂੰ ਇਹਦਾ ਮੋਹ ਕਿਉਂ ਨਹੀਂ ਆਉਂਦਾ ਸ਼ਾਇਦ ਇਹ ਆਪਣਾ ਹੁਲੀਆ ਸਵਾਰ ਕਿ ਨਹੀਂ ਰੱਖਦੀ ਖਿਲਰੇ ਵਾਲ ਉਹ ਵੀ ਅੰਗਰੇਜ਼ਾਂ ਵੇਲੇ ਦੇ ਸਟਾਈਲ ਵਾਲਾ ਬੇਰੰਗ ਤੇ ਬੇਡੋਲ ਸੂਟ ਸੁੱਤੀ ਚੁੰਨੀ ਲੰਬਾ ਸਾਰਾ ਚੀਰ ਕੱਢਿਆ ਹੋਇਆ ਗੁਰਪਾਲ ਨੂੰ ਉਹਦੀ ਸ਼ਕਲ ਸਰਕਾਰੀ ਸਕੂਲ ਦੇ ਉਸ ਬੋਰਡ ਵਰਗੀ ਲੱਗਦੀ ਜਿਸ ਨੂੰ ਕਈ ਦਿਵਾਲੀਆਂ ਲੰਘ ਜਾਣਾ ਤੇ ਵੀ ਰੰਗ ਨਸੀਬ ਨਾ ਹੋਇਆ ਹੋਵੇ। ਬਾਕੀ ਵੀ ਤਾਂ ਔਰਤਾਂ ਨੇ ਕਿੰਨੇ ਸੋਹਣੇ ਡਿਜ਼ਾਈਨਦਾਰ ਕੱਪੜੇ ਪਾ ਕੇ ਸਜੀਆਂ ਫਿਰਦੀਆਂ ਨੇ। ਉਹਦੀ ਫੇਸਬੁੱਕ ਵਾਲੀ ਦੋਸਤ ਨੇ ਜਦੋਂ ਆਪਣੀ ਉਮਰ 35 ਸਾਲ ਦੱਸੀ ਸੀ ਤਾਂ ਗੁਰਪਾਲ ਨੂੰ ਬਹੁਤ ਹੈਰਾਨੀ ਹੋਈ ਸੀ। ਉਹ ਤਾਂ ਉਹਨੂੰ 25 ਵਰਿਆਂ ਦੀ ਹੀ ਲੱਗਦੀ ਸੀ। ਪਰ ਚਰਨਜੀਤ 35 ਸਾਲ ਦੀ ਵੀ ਵੇਖਣ ਵਿੱਚ ਪੰਜਾਹਾਂ ਦੀ ਲੱਗਦੀ ਸੀ ਫੇਸਬੁੱਕ ਵਾਲੀ ਕੁੜੀ ਦੀ ਕਾਲੇ ਚਸ਼ਮੇ ਵਾਲੀ ਤਸਵੀਰ ਦੇਖਦਾ-ਦੇਖਦਾ ਗੁਰਪਾਲ ਗੁੜੀ ਨੀਂਦੇ ਸੋ ਗਿਆ 4 ਵਜੇ ਉੱਠਿਆ ਗੁਰਪਾਲ ਚਾਹ ਲਈ ਆਵਾਜ਼ਾਂ ਮਾਰਨ ਲੱਗਿਆ ਪਹਿਲੀ ਹੀ ਆਵਾਜ਼ ਤੇ ਚਰਨਜੀਤ ਜਾਦਾ ਗਲਾਸ ਬੇਗਾਨਿਆਂ ਵਾਂਗ ਉਹਦੇ ਹੱਥ ਵਿੱਚ ਧਮਾ ਕੇ ਆਪ ਬਾਹਰ ਬਰਾਂਡੇ ਵਿੱਚ ਜਾ ਕੇ ਬੈਠ ਕੇ ਚਾਹ ਪੀਣ ਲੱਗੀ ਗੁਰਪਾਲ ਨੂੰ ਉਹਤੇ ਬਹੁਤ ਗੁੱਸਾ ਆਇਆ ਕਿ ਮੇਰੇ ਕੋਲ ਬੈਠ ਕੇ ਵੀ ਤਾਂ ਚਾਹ ਪੀ ਸਕਦੀ ਸੀ ਘਰ ਵਿੱਚ ਦੋਨੋਂ ਇਕੱਲੇ ਤਾਂ ਹੈ ਨਹੀਂ ਜਦੋਂ ਵੀ ਅਸੀਂ ਦੋਨੇ ਇਕੱਲੇ ਘਰ 'ਚ ਹੁੰਨੇ ਆ ਇਹ ਮੇਰੇ ਨਾਲ ਵੀ ਤਾਂ ਬਾਕਤ ਬਤਾਉਣ ਦੀ ਜਗ੍ਹਾ ਬਰਾਂਡੇ ਵਿੱਚ ਪੱਖਾ ਚਲਾ ਕੇ ਬੈਠ ਕਿਉਂ ਜਾਂਦੀ ਆ ਕਦੇ-ਕਦੇ ਗੁਰਪਾਲ ਨੂੰ ਪਤੀ ਪਤਨੀ ਦਾ ਇਹ ਰਿਸ਼ਤਾ ਮਾਲਕ ਤੇ ਨੌਕਰ ਦੇ ਰਿਸ਼ਤੇ ਵਰਗਾ ਲੱਗਦਾ ਉਹਦੇ ਅੰਦਰੋਂ اپنی پتنی ਲਈ ਭਾਵਨਾਵਾਂ ਦਮ ਟੁੱਟ ਚੁੱਕੀਆਂ ਸੀ। ਸੋਚਾਂ ਵਿੱਚ ਉਲਝੇ ਗੁਰਪਾਲ ਨੂੰ ਬੇਟੀ ਨੇ ਹਲੂਣਦਿਆਂ ਕਿਹਾ, "ਪਾਪਾ ਪਾਪਾ, ਤੁਹਾਨੂੰ ਯਾਦ ਨਹੀਂ, ਅੱਜ ਆਪਾਂ ਸ਼ਹਿਰ ਜਾਣਾ, ਅੱਜ ਮੇਰਾ ਜਨਮ ਦਿਨ ਆ। ਚੱਲਦੇ ਆਂ ਪੁੱਤ, ਆਪਣੀ ਮਾਂ ਨੂੰ ਕਹਿ ਤਿਆਰ ਹੋ ਜਾਵੇ ਜਾਣ ਲਈ।" ਗੁਰਪਾਲ ਨੇ ਕੁੜੀ ਨੂੰ ਕਿਹਾ, "ਨਹੀਂ ਪਾਪਾ, ਮੰਮਾ ਕੀ ਕਰਨਗੇ ਜਾ ਕੇ? ਅੱਗੇ ਕਿਹੜਾ ਜਾਂਦੇ ਨੇ ਨਾਲੇ" ਆ ਫੁੱਲਾਂ ਵਾਲੇ ਸੂਟ ਪਾ ਕੇ ਸੋਹਣੇ ਵੀ ਨਹੀਂ ਲੱਗਦੇ ਛੱਡੋ ਆਪਾਂ ਹੀ ਚੱਲਦੇ ਆਂ ਅੱਜ ਗੁਰਪਾਲ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਚਰਨਜੀਤ ਮੇਰੇ ਹੀ ਨਹੀਂ ਬੱਚਿਆਂ ਦੇ ਦਿਲਾਂ 'ਚੋਂ ਵੀ ਮਰਦੀ ਜਾਂਦੀ ਆ ਇਸ ਗੱਲ ਨੇ ਉਸ ਨੂੰ ਤੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਉਹ ਬੇਟੀ ਨੂੰ ਲੈ ਕੇ ਸ਼ਹਿਰਵਾਲ ਤੁਰ ਪਿਆ ਬੇਟੀ ਸਮਾਨ ਖਰੀਦਣ ਲੱਗੀ ਤੇ ਗੁਰਪਾਲ ਕੋਨੇ ਵਿੱਚ ਲੱਗੇ ਇੱਕ ਸਟੂਲ ਤੇ ਬੈਠਾ ਫੇਸਬੁੱਕ ਵਾਲੀ ਕੁੜੀ ਦੀ ਤਸਵੀਰ ਦੇਖਣ ਲੱਗ ਪਿਆ ਕਿੰਨੀ ਸੋਹਣੀ ਖੁੱਲੀ ਜੀ ਡਰੈੱਸ ਪਾਈ ਹੋਈ ਸੀ ਲਾਲ ਤੇ ਕਾਲੇ ਰੰਗ ਦੀ ਸੂਹੇ ਬੁੱਲੀ ਭਾਰਵਾ ਸਰੀਰ ਗੋਲ ਚਿਹਰਾ ਤੇ ਮੋਟੀਆਂ-ਮੋਟੀਆਂ ਅੱਖਾਂ ਅੱਖਾਂ ਝੀਲ ਵਾਂਗ ਸਨ ਜਿਸ ਵਿੱਚ ਡੁੱਬ ਕੇ ਮਰਨਾ ਵੀ ਮਹਿੰਗਾ ਸੌਦਾ ਨਹੀਂ ਸੀ ਲੱਗਦਾ ਉਸੇ ਵਕਤ ਗੁਰਪਾਲ ਦਾ ਧਿਆਨ ਸ਼ੀਸ਼ੇ ਵਿੱਚ ਲੱਗੀ ਇੱਕ ਬਹੁਤ ਸੋਹਣੀ ਲਾਲ ਰੰਗ ਦੀ ਡਰੈੱਸ ਤੇ ਜਾਂਦਾ ਗੁਰਪਾਲ ਬੇਟੀ ਨਾਲ ਸਲਾਹ ਕਰਕੇ ਉਹੀ ਡਰੈਸ ਖਰੀਦ ਲੈਂਦਾ ਘਰ ਆ ਕੇ ਬੇਟੀ ਸਿਮਰਨ ਸਾਰਾ ਸਮਾਨ ਦਿਖਾਉਣ ਲੱਗਦੀ ਹੈ ਤਾਂ ਗੁਰਪਾਲ ਬੜੇ ਚਾ ਨਾਲ ਲਪਾਵੇ ਚ ਡਰੈਸ ਕੱਢ ਕੇ ਚਰਨਜੀਤ ਨੂੰ ਦਿੰਦਿਆਂ ਆਖਦਿਆਂ ਲਓ ਮੈਡਮ ਚਰਨਜੀਤ ਜੀ ਆ ਡਰੈਸ ਤੁਹਾਡੇ ਲਈ ਸਾਨੂੰ ਪਸੰਦ ਆ ਗਈ ਅਸੀਂ ਲੈ ਆਏ ਤੇਰੇ ਲਈ ਗੁਰਪਾਲ ਅੱਜ ਪਹਿਲੀ ਵਾਰ ਚਰਨਜੀਤ ਲਈ ਕੋਈ ਤੋਹਫਾ ਲੈ ਕੇ ਆਇਆ ਸੀ ਉਸ ਨੂੰ ਲੱਗਿਆ ਕਿ ਚਰਨਜੀਤ ਖੁਸ਼ੀ ਵਿੱਚ ਉਛਲਦੀ ਮੇਰੇ ਹੱਥੋਂ ਡਰੈੱਸ ਫੜਦੀ ਬੋਲੇਗੀ ਹਾਏ ਮੇਰੇ ਲਈ ਹੈ ਸੱਚੀ ਹਾਏ ਕਿੰਨੀ ਸੋਹਣੀ ਆ ਪਾ ਕੇ ਦਿਖਾਵਾਂ ਪਰ ਗੁਰਪਾਲ ਦੇ ਖਿਆਲਾਂ ਦਾ ਮਹਿਲ ਬਹੁਤੀ देर ਉਸਰੇ ਨਾ ਰਹਿ ਸਕਿਆ ਟੀਉੜੀਆਂ ਨਾਲ ਭਰੇ ਮੱਥੇ ਤੇ ਕੋਈ ਖੁਸ਼ੀ ਗੁਰਪਾਲ ਨੂੰ ਮਹਿਸੂਸ ਨਾ ਹੋਈ ਨਾ ਹੀ ਮੁਰਝਾਈ ਚਿਹਰੇ ਤੇ ਕੋਈ ਹੋਰ ਰੰਗ ਉੱਭਰਿਆ ਸਗੋਂ ਖੀਜੀ ਜੀ ਹੋ ਕੇ ਬੋਲੀ ਮੈਂ ਇਹ ਜਿਹੇ ਕੱਪੜੇ ਕਦੋਂ ਪੋਣੀ ਆ ਤੁਹਾਨੂੰ ਪਤਾ ਤੇ ਹੈ ਚਰਨਜੀਤ ਮੂਹ ਇਹ ਗੱਲ ਸੁਣਦਿਆਂ ਹੀ ਗੁਰਪਾਲ ਨੂੰ ਲੱਗਿਆ ਜਿਵੇਂ ਡਰੈਸ ਨੂੰ ਨਹੀਂ ਆਪਣੇ ਆਪ ਨੂੰ ਵੀ ਅੱਗ ਲਾ ਲਵੇ ਗਰਮੀ ਦੀਆਂ ਛੁੱਟੀਆਂ 'ਚ ਬੱਚੇ ਘੁੰਮਣ ਦੀ ਜਿੱਦ ਕਰਨ ਲੱਗੇ ਤਾਂ ਗੁਰਪਾਲ ਨੇ ਚਰਨਜੀਤ ਨੂੰ ਕਿਹਾ ਕਿ ਬੱਚੇ ਘੁੰਮਣ ਦੀ ਜਿੱਦ ਕਰ ਰਹੇ ਨੇ ਕਿਉਂ ਨਾ ਆਪਾਂ ਸ਼ਿਮਲੇ ਘੁੰਮਣ ਚ ਜਾਇਆ ਜਾਵੇ ਚਰਨਜੀਤ ਨੇ ਜਵਾਬ ਦਿੰਦਿਆਂ ਕਿਹਾ ਤੁਸੀਂ ਘੁੰਮਾਓ Shimla ਮੇਰੇ ਤੋਂ ਨਹੀਂ ਜਾਇਆ ਜਾਣਾ ਮੈਂ ਤਾਂ ਪੇਕੇ ਜਾਣਾ ਉਹਦੇ ਮੂੰਹੋਂ ਗੁਰਪਾਲ ਨੂੰ ਇਹ ਗੱਲ ਇਓਂ ਵਰਗੀ ਲੱਗੀ ਕਿ ਪੇਕੇ ਕਿਹੜਾ ਕਨੇਡਾ ਨੇ ਕਿਤੇ ਬਾਹਰ ਜਾਵੇਂਗੀ ਤਾਂ ਅਕਲ ਆਜੂਗੀ ਅਗਲੇ ਦਿਨ ਚਰਨਜੀਤ ਬੱਚਿਆਂ ਨੂੰ ਲੈ ਕੇ ਪੇਕੇ ਜਾਣ ਲਈ ਤਿਆਰ ਹੋ ਗਏ ਗੁਰਪਾਲ ਸ਼ਹਿਰ ਉਸ ਨੂੰ ਬੱਸ ਅੱਡੇ ਤੱਕ ਛੱਡਣ ਗਿਆ ਬੱਚੇ ਬੱਸ ਵਿੱਚ ਚੜ ਗਏ ਤੇ ਗੁਰਪਾਲ ਚਰਨਜੀਤ ਵੱਲ ਵਧਿਆ ਕੀ ਕਹਿ ਦੇਵਾਂ ਕਿ ਦਿੱਲੀ ਲੱਗਣਾ ਜਲਦੀ ਮੁੜਿਓ ਪਰ ਚਰਨਜੀਤ ਗੁਰਪਾਲ ਵੱਲ ਦੇਖੇ ਬਿਨਾਂ ਹੀ ਬਸ ਵਿੱਚ ਬੈਠ ਗਈ ਗੁਰਪਾਲ ਨੂੰ ਆਪਾਂ ਵੀ ਚੰਗਾ ਨਾ ਲੱਗਿਆ ਚਲੋ ਅੱਜ ਦੇ ਘਰ ਮੋੜ ਸੜੀ ਕੁੜੀ ਸ਼ਕਲ ਨਹੀਂ ਦੇਖਣੀ ਪਊ ਹੁਣ ਤੇ ਗੁਰਪਾਲ ਨੂੰ ਚਰਨਜੀਤ ਦੀ ਸ਼ਕਲ ਦੇਖ ਹੀ ਚਿੜ ਚੜਦੀ ਸੀ ਗੁਰਪਾਲ ਘਰ ਆਇਆ ਤੇ ਪਾਣੀ ਦੀ ਉਮੀਦ ਨਾਲ ਬੈਠੇ ਯਾਦ ਆਇਆ ਕਿ ਅੱਜ ਤੇ ਹੈ ਨਹੀਂ ਚਰਨਜੀਤ ਆਪੀ ਪਾਣੀ ਪੀਣਾ ਪਊ ਸ਼ਾਮ ਦੀ ਸਬਜੀ ਬਣਾ ਕੇ ਤੇ ਆਟਾ ਕੁੰਨ ਕੇ ਗਈ ਸੀ ਚਰਨਜੀਤ ਗੁਰਪਾਲ ਨੇ ਰੋਟੀ ਬਣਾਈ ਤੇ ਆਪਣੀ ਤੇ ਆਪਣੇ ਬਾਪੂ ਦੀ ਰੋਟੀ ਇੱਕੋ ਥਾਲੀ ਵਿੱਚ ਪਾ ਲਈ ਤਾਂ ਕਿ ਭਾਂਡੇ ਘੱਟ ਜੁੱਠੇ ਹੋਣ ਰੋਟੀ ਖਾ ਬਰਤਨ ਸਾਫ਼ ਕਰ ਜਦੋਂ ਕੁੱਲਰ ਚਲਾਉਣ ਲੱਗਿਆ ਤਾਂ ਉਹਦੀ ਮੋਟਰ ਸੜ ਗਈ ਫਿਰ ਅੰਦਰਲੇ ਸਮਾਨ ਚੋਂ ਪੁਰਾਣਾ ਪੱਖਾ ਕੱਢ ਕੇ ਛੋਟੇ ਮੇਜ਼ ਤੇ ਰੱਖਿਆ ਤਾਰ ਪਈ ਪੱਖਾ ਨਹੀਂ ਚੱਲਿਆ ਤਾਂ ਗੁਰਪਾਲ ਨੇ ਜ਼ੋਰ ਦੀ ਇੱਕ ਲੱਤ ਪੱਖੇ ਦੇ ਮਾਰੀ ਤਾਂ ਉਹਦਾ ਪਿਓ ਬੋਲਿਆ ਕੰਜਰਾ ਘੱਟ ਡੱਫਿਆ ਕਰ ਕਾਦੇ ਨਾਲ ਚੱਲੂ ਤੇਰਾ ਪਿਓ ਬਿਜਲੀ ਤਾਂ ਹੈ ਨਹੀਂ ਤੇਰੀ ਮਾਂ ਗੁਰਪਾਲ ਨੂੰ ਸੱਚਮੁੱਚ ਆਪਣੇ ਪਾਗਲਪਨ ਤੇ ਹਾਸਾ ਆਇਆ ਫਿਰ ਉਹ ਆਪਣੇ ਮੰਜੇ ਵੱਲ ਹੋ ਤੁਰਿਆ ਤੇ ਸੋਚਣ ਲੱਗਿਆ ਮਾਂ ਨੇ ਆਕਰ ਕੀ ਦੇਖ ਕੇ ਚਰਨਜੀਤ ਦਾ ਰਿਸ਼ਤਾ ਲਿਆ ਸੀ ساری ਜ਼ਿੰਦਗੀ 'ਚ ਕਦੇ ਲੋਕਾਂ ਵਾਂਗ ਸਾਜ ਫੱਬ ਕੇ ਨਾਲ ਤਾਂ ਤੂਰੀ ਨਹੀਂ ਕਦੇ ਦਿਲ ਦੀ ਗੱਲ ਨਹੀਂ ਕੀਤੀ ਕਦੇ ਕੋਈ ਸ਼ਰਾਰਤ ਨਹੀਂ ਕੀਤੀ ਬਸ ਕੰਮ ਕਰਦੀ ਐਦਾਂ ਤੂਰੀ ਫਿਰਦੀ ਆ ਜਿਵੇਂ ਕੋਈ ਜਿੰਦਾ ਲਾਸ਼ ਹੋਵੇ ਹੁਣ ਤਾਂ ਮੇਰੀ ਵੱਡੀ ਰੂਹ ਨਹੀਂ ਕਰਦੀ ਨਜ਼ਦੀਕ ਜਾਣ ਨੂੰ ਬਸ ਇੱਕ ਸਮਝੌਤਾ ਜੋ 90% ਦੀ ਲੋਕ ਕਰਦੇ ਨੇ ਦਿਲ ਦੀ ਰਾਣੀ ਨਾ ਸਹੀ ਘਰ ਦੀ ਰਾਣੀ ਤੇ ਹੈ ਬਾਪੂ ਬੱਚੇ ਦੇ ਘਰ ਤਾਂ ਸੰਭਾਲਦੀ ਆ ਬਾਕੀ ਜੋ ਕਿਸਮਤ ਸੀ ਮਿਲ ਗਿਆ ਕਿੰਨੇ ਦਿਨ ਹੋ ਗਏ ਇੱਕ ਫੋਨ ਤੱਕ ਨਹੀਂ ਕੀਤਾ ਸੋਚਦੇ ਸੋਚਦੇ ਉਹਨੇ ਫੋਨ ਮਲਾ ਲਿਆ ਰਸ਼ਮੀ ਜੀ ਗੱਲਬਾਤ ਤੋਂ ਬਾਅਦ ਗੁਰਪਾਲ ਕਹਿਣੀ ਵਾਲਾ ਸੀ ਆਜੋ ਚੰਨ ਤੇਰੇ ਬਿਨਾ ਦਿਲ ਨਹੀਂ ਲੱਗਦਾ ਪਰ ਉਹਦੀ ਪੂਰੀ ਗੱਲ ਸੁਣੇ ਬਿਨਾ ਹੀ ਚਰਨਜੀਤ ਬੋਲੀ ਮੇਰੇ ਤੋਂ ਨਹੀਂ ਆਇਆ ਜਾਣਾ ਅਜੇ ਬਾਪੂ ਢਿੱਲਾ ਹੋਇਆ ਪਿਆ ਤੁਸੀਂ ਜਵਾਕਾਂ ਨੂੰ ਲੈ ਜਾਓ ਆਕੇ ਐਨਾ ਆਖਦੀ ਨੇ ਫੋਨ ਕੱਟ ਤੇ ਤੁਰ ਗਈ ਗੁਰਪਾਲ ਦਾ ਦਿਲ ਕੀਤਾ ਕਿ ਫੋਨ ਨੂੰ ਕੰਧ ਨਾਲ ਮਾਰੇ ਫਿਰ ਸਬਰ ਦੀ ਘੁੱਟ ਭਰ ਕੇ ਉਹ ਮੰंजे ਤੇ ਜਾ ਪਿਆ ਫਿਰ ਉਹ ਫੇਸਬੁੱਕ ਵਾਲੀ ਕੁੜੀ ਦੀ ਤਸਵੀਰ ਦੇਖਣ ਲੱਗਿਆ ਕਿੰਨੀਆਂ ਡੂੰਘੀਆਂ ਝੀਲ ਵਰਗੀਆਂ ਅੱਖਾਂ ਡੁੱਬ ਜਾਣ ਨੂੰ ਦਿਲ ਕਰਦਾ ਸੀ ਗੁਰਪਾਲ ਸੋਚਣ ਲੱਗਾ ਕਿੰਨੀ ਕਿਸਮਤ ਵਾਲਾ ਹੋਊਗਾ ਉਹ ਜਿੱਦੀ ਕਿਸਮਤ ਵਿੱਚ ਇਹ ਪਰੀ ਹੋਵੇਗੀ ਪਰ ਫਿਰ ਗੁਰਪਾਲ ਉਸ ਘਟਨਾ ਬਾਰੇ ਸੋਚਣ ਲੱਗਿਆ ਜਦੋਂ ਉਹ ਚਰਨਜੀਤ ਨੂੰ ਬਾਸ ੱਡੇ ਤੇ ਛੱਡਣ ਗਿਆ ਸੀ ਤਾਂ ਇੱਕ ਆਦਮੀ ਨੇ ਚਰਨਜੀਤ ਦੇ ਮੋਢਾ ਮਾਰਿਆ ਸੀ ਤਾਂ ਗੁਰਪਾਲ ਨੂੰ ਗੁੱਸਾ ਨਹੀਂ ਬਲਕਿ ਹਾਸਾ ਆਇਆ ਸੀ ਕਿ ਇਹ ਕਿਹੜੀ ਪਰੀ ਲੱਗਦੀ ਸੀ ਉਸ ਨੂੰ ਪਰ ਫਿਰ ਸੋਚਣ ਲੱਗਿਆ ਕੀ ਪਤਾ ਉਹ ਫੇਸਬੁੱਕ ਵਾਲੀ ਪਰੀ ਦਾ ਪਤੀ ਕਿਸੇ ਹੋਰ ਪਰੀ ਦੀ ਤਲਾਸ਼ ਵਿੱਚ ਹੋਵੇ ਤੇ ਉਹ ਦਾ ਕਿਸੇ ਹੋਰ ਵਿੱਚ ਅਕਸਰ ਸਾਨੂੰ ਦੂਰ ਰਹਿੰਦੀਆਂ ਚੀਜ਼ਾਂ ਨਾਲ ਹੀ ਜ਼ਿਆਦਾ ਮੋਹ ਹੁੰਦਾ ਹੈ ਨਾ ਸ਼ਾਇਦ ਇਸੇ ਲਈ ਨਜਾਇਜ਼ ਰਿਸ਼ਤੇ ਉਸਰਦੇ ਨੇ ਚਰਨਜੀਤ ਨੇ ਮੈਨੂੰ ਕਦੇ ਆਪਣਾ ਸਾਥੀ ਨਹੀਂ ਸਮਝਿਆ ਸਗੋਂ ਮਾਲਕ ਸਮਝਦੀ ਆ ਜਿਵੇਂ ਮੈਂ ਉਹਨੂੰ ਖਰੀਦਿਆ ਹੋਵੇ ਇਸ ਔਰਤ ਲਈ ਵਿਆਹ ਸਿਰਫ ਬੱਚੇ ਪੈਦਾ ਕਰਨ ਲਈ ਕੀਤਾ ਜਾਂਦਾ ਹੁੰਦਾ ਹੋਵੇਗਾ ਵਿਆਹ ਦਾ ਮਤਲਬ ਸਿਰ ਬੱਚੇ ਹੀ ਨਹੀਂ ਹੁੰਦੇ ਵੱਧਦੀ ਉਮਰ 'ਚ ਪਤੀ ਪਤਨੀ ਨੂੰ ਇੱਕ ਦੂਜੇ ਦੀ ਜ਼ਰੂਰਤ ਤਾਂ ਵੱਧ ਮਹਿਸੂਸ ਹੁੰਦੀ ਆ ਅਗਲੇ ਹੀ ਪਾਲੋਂ ਸੋਚਣ ਲੱਗਿਆ ਕੀ ਪਤਾ ਚਰਨਜੀਤ ਪਿਆਰ ਕਰਦੀ ਹੋਵੇ ਬਸ ਦਿਖਾਵਾ ਨਾ ਕਰਦੀ ਹੋਵੇ ਪਰ ਪਿਆਰ ਹੋਵੇ ਤਾਂ ਕਦੇ ਮਹਿਸੂਸ ਤਾਂ ਹੋਵੇ ਕਦੇ ਤਾਂ ਮੇਰੇ ਤੋਂ ਗੱਲ ਕਰਦੀ ਦਾ ਚਿਹਰਾ ਸ਼ਰਮ ਨਾਲ ਲਾਲ ਹੋਇਆ ਹੋਵੇ ਕਦੇ ਤਾਂ ਲੰਘਦੀ ਕਿਸੇ ਬਹਾਨੇ ਮੇਰੇ ਨਾਲ ਖਹਿ ਕੇ ਲੰਗੇ ਕਦੇ ਤਾਂ ਇਸ ਦੀਆਂ ਅੱਖਾਂ 'ਚ ਡੁੱਬਣ ਨੂੰ ਮੇਰਾ ਦਿਲ ਕਰੇ ਕਦੇ-ਕਦੇ ਗੁਰਪਾਲ ਨੂੰ ਲੱਗਦਾ ਕਿ ਚਰਨਜੀਤ ਮੇਰੀ ਬੇਬੇ ਤੇ ਮੇਰੇ ਬਾਪੂ ਦੇ ਮੇਰੇ ਨਾਲੋਂ ਵੱਧ ਨੇੜੇ ਆ। ਅਗਰ ਮੇਰੀ ਕਿਸੇ ਗਲਤੀ ਤੇ ਮੈਨੂੰ ਟੋਕਦੇ ਨੇ ਤਾਂ ਛੱਟ ਉਹਨਾਂ ਵੱਲ ਖੜ ਜਾਂਦੀ ਆ। ਗੁਰਪਾਲ ਫਿਲਾਸਫਰਾਂ ਦੀ ਤਰ੍ਹਾਂ ਸੋਚਣ ਲੱਗਿਆ। ਬਾਪੂ ਦੀ ਆਵਾਜ਼ ਨੇ ਉਹਦਾ ਧਿਆਨ ਤੋੜਿਆ। ਪਾਲੇ ਆਹ ਸੋਰ ਪੱਖਾ ਕਿਵੇਂ ਬੰਦ ਹੋ ਗਿਆ? ਦੇਖਦਾ ਬਾਪੂ ਕਹਿ ਕੇ ਗੁਰਪਾਲ ਫੋਨ ਦੀ ਰੋਸ਼ਨੀ ਕਰ ਬਿਜਲੀ ਦੇ ਮੀਟਰ ਵੱਲ ਵਧਿਆ। ਬਾਪੂ ਦੇ ਮਨ 'ਚ ਗੁਰਪਾਲ ਦੇ ਸ਼ਰਾਬ ਪੀਣ ਦਾ ਵਹਿਮ ਸੀ। ਉਹ ਹੌਲੀ-ਹੌਲੀ ਤੁਰਦਾ ਗੁਰਪਾਲ ਦੇ ਕੋਲ ਜਾ ਖੜਾ ਹੋਇਆ ਗੁਰਪਾਲ ਨੇ ਟੁੱਟੀਆਂ ਤਾਰਾਂ ਨੂੰ ਜੋੜ ਕੇ ਜਦੋਂ ਪਲੱਗ ਪਾਇਆ ਤਾਂ ਬਹੁਤ ਸਾਰੀ ਅੱਗ ਨਿਕਲੀ ਤੇ ਇੱਕ ਪਟਾਕੇ ਨਾਲ ਬਿਜਲੀ ਗੁੱਲ ਹੋ ਗਈ ਕੰਜਰਾ ਪੂਠੀਆਂ ਜੋੜ ਦਿੱਤੀਆਂ ਤਾਰਾਂ ਅੱਗੇ ਵੀ ਕਿਹਾ ਨਾ ਡੱਫਿਆ ਕਰ ਮਰੇਗਾ ਕਦੇ ਦੇਖ ਅੱਗ ਨਿਕਲੀ ਕਿੰਨੀ ਸਾਰਾ ਕੁਝ ਸੜ ਜਾਊਗਾ ਪਿਤਾ ਨੇ ਗੁੱਸੇ ਹੁੰਦਿਆਂ ਕਿਹਾ ਆਹੂ ਬਾਪੂ ਸਾਲਾ ਜੋੜੀ ਪੁੱਠਾ ਲੱਗ ਗਿਆ ਅੱਗ ਤੇ ਰੋਜ ਨਿਕਲਦੀ ਆ ਤੁਹਾਨੂੰ ਹੀ ਨਹੀਂ ਦਿਸਦੀ ਮੈਨੂੰ ਲੱਗਦਾ ਸਾਰਾ ਕੁਝ ਦਾ ਸਾੜੇ ਚੁਕਿਆ ਹੁਣ ਨੀਏ ਜੋੜ ਸਿੱਧਾ ਹੋਣਾ ਬਾਪੂ ਨਾਲੇ ਹਰ ਜੋੜ ਪੁੱਠਾ दारू ਕਰਕੇ ਨਹੀਂ ਲੱਗਦਾ ਹੁੰਦਾ ਲੱਗੀ ਰਹਿਣ ਦੇ ਅੱਗ ਮੱਚ ਜਾਣ ਦੇ ਜੋ ਮੱਚਦਾ ਮੇਰੇ ਤੋਂ ਨਹੀਂ ਸਾਲਾ ਰੋਜ ਦਾ ਸਿਆਪਾ ਜਰਿਆ ਜਾਂਦਾ ਪਲਾਸ ਕੰਧ ਨਾਲ ਮਾਰਦਾ ਗੁਰਪਾਲ ਅੱਖਾਂ ਪੂੰਝਦਾ ਆਪਣੇ ਮੰਜੇ ਵੱਲ ਨੂੰ ਹੋ ਤੁਰਿਆ ਬਾਪੂ ਪਲਾਜ਼ ਚੁੱਕਦਾ ਬੁੜਬੁੜਾ ਰਿਹਾ ਸੀ ਪਤਾ ਨਹੀਂ ਕੰਜਰ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਤੁਰਦਾ ਨਾਲੇ ਬਿਜਲੀ ਖਰਾਬ ਹੋਣ ਚ ਰੋਣ ਵਾਲੀ ਕਿਹੜੀ ਗੱਲ ਆ ਦਿਮਾਗ ਨੂੰ ਚੜ ਗਈ ਆ ਲੱਗਦਾ ਇਹਦੇ दारू ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਤਾਂ ਹੀ ਨਿਭ ਸਕਦਾ ਜੇ ਸੋਚ ਮਿਲਦੀ ਹੋਵੇ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਧੰਨਵਾਦ